ਆਈਬੈਂਕ ਐਂਡ ਕੋਰਨੀਅਲ ਟ੍ਰਾਂਸਪਲਾਂਟ ਅਤੇ ਡਾਕਟਰ ਸ਼ਕੀਨ ਸਿੰਘ ਅੰਮ੍ਰਿਤਸਰ ਨੇ ਸਮਾਜ ਵਿੱਚੋਂ ਅੰਨਾਪਨ ਦੂਰ ਕਰਨ ਦਾ ਬੀੜਾ ਚੁੱਕਿਆ ਹੈ। ਸੁਸਾਇਟੀ ਦੇ ਪ੍ਰਧਾਨ ਜੇਬੀ ਬਹਿਲ ਅਤੇ ਡਾਕਟਰ ਸ਼ਕੀਨ ਸਿੰਘ ਨੇ ਲੋਕਾਂ ਨੂੰ ਨੇਤਰਦਾਨ ਕਰਨ ਤੇ ਜ਼ੋਰ ਦਿੰਦਿਆਂ ਕਿਹਾ ਕਿ ਸਾਰੇ ਲੋਕ ਇਸ ਸਮਾਜ ਸੇਵਾ ਦੇ ਕਾਰਜ ਵਾਸਤੇ ਵੱਧ ਚੜ੍ਹ ਕੇ ਅੱਗੇ ਆਉਣ। ਪ੍ਰੈਸ ਕਾਨਫਰੰਸ ਦੌਰਾਨ ਡਾਕਟਰ ਸ਼ਕੀਨ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਅੰਮ੍ਰਿਤਸਰ ਵਿੱਚ ਡਾਕਟਰ ਸ਼ਕੀਨ ਹਸਪਤਾਲ ਕਚਹਿਰੀ ਚੌਂਕ ਵਿਖੇ ਪਿਛਲੇ ਸਾਲ ਤੋਂ 170 ਅੱਖਾਂ ਦੇ ਮਰੀਜ਼ਾਂ ਦੇ ਫ੍ਰੀ ਆਪਰੇਸ਼ਨ ਕੀਤੇ ਗਏ ਹਨ। ਉਹਨਾਂ ਕਿਹਾ ਕਿ ਇਹ ਪ੍ਰੈਸ ਕਾਨਫਰੰਸ ਲੋਕਾਂ ਨੂੰ ਇਹ ਸੁਨੇਹਾ ਦੇਣ ਲਈ ਕੀਤੀ ਗਈ ਹੈ ਤਾਂ ਜੋ ਕੋਈ ਵੀ ਅੱਖਾਂ ਦਾ ਮਰੀਜ਼ ਅੰਮ੍ਰਿਤਸਰ ਵਿੱਚ ਪੈਸੇ ਦੀ ਕਮੀ ਕਾਰਨ ਅੰਨਾ ਨਾ ਰਹਿ ਜਾਵੇ। ਉਹਨਾਂ ਦੱਸਿਆ ਕਿ ਇੱਥੇ ਅੱਖਾਂ ਦੇ ਫ੍ਰੀ ਪੜਦੇ ਵੀ ਬਦਲੇ ਜਾਂਦੇ ਹਨ। ਅੱਜ ਜਿਹੜੀ ਪ੍ਰੈਸ ਕਾਨਫਰੰਸ ਸੀ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਵੱਲੋਂ ਤੇ ਡਾਕਟਰ ਸ਼ਕੀਨ ਸਿੰਘ ਆਈ ਡੈਂਟਲ ਹਸਪੀਟਲ ਵੱਲੋਂ ਇਸ ਜਗ੍ਹਾ ਤੇ ਕੀਤੀ ਗਈ। ਇਹ ਪ੍ਰੈਸ ਕਾਨਫਰੰਸ ਦਾ ਬੇਸਿਕ ਮੁੱਦਾ ਸਿਰਫ ਤੇ ਸਿਰਫ ਇਹੀ ਸੀ ਕਿ ਇਸ ਏਰੀਏ ਵਿੱਚ ਅੰਮ੍ਰਿਤਸਰ ਡਿਸਟ੍ਰਿਕਟ ਵਿੱਚ ਅੰਮ੍ਰਿਤਸਰ ਦੇ ਲਾਗੇ ਨੇੜੇ ਜਿਹੜੇ ਵੀ ਲੋਕ ਕੋਰਨੀਆ ਤੋਂ ਬਲਾਈਂਡਨੈਸ ਕਰਕੇ ਸਫਰ ਕਰਦੇ ਰਹੇ ਉਹਨਾਂ ਤੱਕ ਇਹ ਮੈਸੇਜ ਚਲ ਜਾਏ ਕਿ ਉਸ ਕੋਰਨੀਆ ਬਲਾਈਂਡਨੈਸ ਮਰੀਜ਼ ਦਾ ਫ੍ਰੀ 100% ਇਲਾਜ ਡਾਕਟਰ ਸ਼ਕੀਨ ਸਿੰਘ ਆਈ ਡੈਂਟਲ ਹਸਪੀਟਲ ਵਿੱਚ ਹੋ ਸਕਦਾ ਹੈ। ਉਸ ਵਾਸਤੇ ਜਿਹੜੀ ਕੋਰਨੀਆ ਹੈ ਇਹ ਰੋਟਰੀ ਆਈ ਬੈਂਕ ਹੁਸ਼ਿਆਰਪੁਰ ਵੱਲੋਂ ਪ੍ਰਦਾਨ ਕੀਤਾ ਜਾ ਰਿਹਾ ਹੈ ਅਤੇ ਪਿਛਲੇ 1.5 ਸਾਲ ਵਿੱਚ 1 ਸਾਲ ਵਿੱਚ ਇੱਥੇ ਲਗਭਗ 170 ਮਰੀਜ਼ਾਂ ਦੇ ਪਰਦੇ ਬਦਲਣ ਦਾ ਸਕਸੈਸਫੁਲ ਆਪਰੇਸ਼ਨ ਹੋ ਚੁੱਕਾ ਹੈ ਜਿਹਨਾਂ ਨੂੰ ਕਿ ਹੁਣ ਜੋ ਬਿਲਕੁਲ ਨਹੀਂ ਸੀ ਦੇਖ ਸਕਦੇ ਅਤੇ ਹੁਣ ਅੱਜ ਕੱਲ੍ਹ ਆਪਣਾ ਪੂਰਾ ਕੰਮ ਪੂਰੀ ਰੋਸ਼ਨੀ ਪ੍ਰਦਾਨ ਕੀਤੀ ਗਈ ਹੈ ਅਤੇ ਆਪਣਾ ਪੂਰੀ ਰੋਸ਼ਨੀ ਨਾਲ ਆਪਣਾ ਠੀਕ ਜ਼ਿੰਦਗੀ ਵਿਚਰ ਰਹੇ ਨੇ। ਅੰਤ ਵਿੱਚ ਉਹਨਾਂ ਕਿਹਾ ਕਿ ਲੋਕਾਂ ਨੂੰ ਨੇਤਰਦਾਨ ਕਰਨੇ ਚਾਹੀਦੇ ਹਨ ਤਾਂ ਜੋ ਸਮਾਜ ਵਿੱਚੋਂ ਅੰਨਾਪਨ ਦੂਰ ਹੋ ਸਕੇ। ਵੱਧ ਤੋਂ ਵੱਧ ਲੋਕ ਜਿਨ੍ਹਾਂ ਨੂੰ ਕੋਰਨੀਆ ਬਲਾਈਂਡਨੈਸ ਹੈ ਉਹ ਆਉਣ ਕੇ ਸਾਡੇ ਹੋਸਪਿਟਲ ਵਿੱਚ ਜਾਂ ਕਿਸੇ ਕਿਸਮ ਦੀ ਬਲਾਈਂਡਨੈਸ ਹੈ ਇਸ ਹੋਸਪਿਟਲ 'ਚ ਆਉਣ ਕੇ ਆਪਣਾ ਚੈੱਕਅਪ ਕਰਾਉਣ। ਅਗਰ ਉਹਨੂੰ ਕੋਰਨੀਆ ਬਦਲਣ ਦੀ ਜਾਂ ਕਿਸੇ ਹੋਰ ਇਲਾਜ ਦੀ ਜ਼ਰੂਰਤ ਹੈ ਉਹਦੀ ਜ਼ਰੂਰਤ ਮੁਤਾਬਕ ਕੀਤਾ ਜਾਊਗਾ ਆਰੇ, ਅਤੇ ਜੇ ਕੋਰਨੀਆ ਦਾ ਬਲਾਈਂਡਨੈਸ ਹੈ ਉਹਦਾ ਇਲਾਜ ਆਪਰੇਸ਼ਨ ਟੋਟਲ 100% ਫ੍ਰੀ।